ਜ਼ਿਲ੍ਹਾ ਮੋਗਾ ਵਿੱਚ ਪਿਛਲੇ ਹਫ਼ਤੇ ਤੋਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਵਿੱਚ ਅੱਜ ਪਿੰਡ ਖੋਸਾ ਕੋਟਲਾ ਤੋਂ ਖ਼ਬਰ ਮਿਲੀ ਹੈ ਕਿ ਦਿਨ ਦਿਹਾੜੇ ਇੱਕ ਜ਼ਿਮੀਦਾਰ ਕੋਲੋਂ 1,90,000 ਰੁਪਏ 4 ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟੇ ਗਏ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਵਿੱਚ ਪਹਿਲਾਂ ਇੱਕ ਰੈਡੀਮੇਡ ਕੱਪੜੇ ਦੇ ਸ਼ੋਰੂਮ ਦੇ ਮਾਲਕ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਫਿਰ ਪਿੰਡ ਬਦਨੀ ਕਲਾਂ ਵਿਖੇ ਇੱਕ ਟਰੈਕਟਰ ਸਵਾਰ ਉੱਪਰ ਗੋਲੀਆਂ ਚਲਾਉਂਦਿਆਂ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਪਿਛਲੇ ਦਿਨੀਂ 20 ਤਰੀਕ ਨੂੰ ਮਨੀ ਐਕਸਚੇਂਜਰ ਦੀ ਦੁਕਾਨ ਵਿੱਚ ਜਾ ਕੇ ਹਮਲਾਵਰਾਂ ਵੱਲੋਂ ਦੁਕਾਨ ਦੇ ਮਾਲਕ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਅੱਜ ਇਹ ਚੌਥੀ ਖ਼ਬਰ ਸਾਡੇ ਸਾਹਮਣੇ ਆਈ ਹੈ ਜਿਸ ਨਾਲ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆਉਂਦਾ ਹੈ। ਇਸ ਮੌਕੇ ਪੀੜਤ ਜ਼ਿਮੀਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੋਗੇ ਤੋਂ ਆ ਰਿਹਾ ਵੈਸਟਰਨ ਯੂਨੀਅਨ ਚੋਂ ਆ ਰਿਹਾ ਸੀਗਾ ਤੇ ਮੈਂ ਪਿੰਡ ਆ ਕੇ ਜਾਣੀ RDS ਕਰਨੀ ਸੀ ਬੈਂਕ ਦੇ ਵਿੱਚ ਤੇ ਤਕਰੀਬਨ 11 ਵਜੇ ਚਾਰ ਜਣੇ ਆਏ, ਦੋ ਜਣੇ ਉਧਰਲੇ ਪਾਸੇ ਦੋ ਜਣੇ ਉਧਰਲੇ ਪਾਸੇ, ਉਹਨਾਂ ਨੇ ਮੋਟਰਸਾਈਕਲ ਅੱਗੇ ਲਾ ਲਿਆ। ਜਦੋਂ ਮੈਂ ਘਿਰ ਗਿਆ ਤਾਂ ਫਿਰ ਮੈਂ ਗੱਡੀ ਤਾਂ ਮੇਰੀ ਕਿਸੇ ਪਾਸੇ ਨਿਕਲਣੀ ਨਹੀਂ ਸੀ, ਮੈਂ ਕੱਚੇ ਥਾਂ ਨੂੰ ਨਿਕਲ ਗਿਆ ਤਾਂ ਉਹਨਾਂ ਨੇ ਮੈਥੋਂ ਯਾਨੀ ਝਪਟ ਮਾਰੀ ਅਤੇ ਮੇਰਾ ਪਾੜਤੀ ਜੇਬ ਮੋਬਾਇਲ ਮੇਰਾ ਯਾਨੀ ਪੱਠੀ ਦੀ ਪੱਟੀ ਜ਼ਮੀਨ ਦੇ ਵਿੱਚ ਥੱਲੇ ਡਿੱਗ ਪਿਆ। ਤਾਂ ਦੂਜੇ ਬੰਦੇ ਜਿਹੜੇ ਸੀਗੇ, ਦੂਸਰੇ ਦੋ ਜਾਣੇ, ਉਹ ਸਿੱਧਾ ਗੱਡੀ ਨੂੰ ਆਏ, ਉਹਨਾਂ ਨੇ ਗੱਡੀ 'ਚੋਂ ਪੈਸੇ ਕੱਢੇ ਅਤੇ ਆਵਾਜ਼ ਮਾਰੀ ਨਾਲ ਦਿਆਂ ਨੂੰ ਵੀ ਆ ਜਾਓ, ਕੰਮ ਬਣ ਗਿਆ। ਬਸ ਉਦੋਂ ਹੀ ਉਹ ਭੱਜ ਗਏ ਮੋਟਰਸਾਈਕਲ ਚਾਰ ਜਾਣੇ। ਜਿਹੜਾ ਮੇਰੇ ਵਾਲੇ ਪਾਸੇ ਆਇਆ, ਜਿਹੜਾ ਮੇਰੇ ਨਾਲ ਹੱਥੋਂ ਪਾਈ ਹੋਇਆ, ਉਹਦੇ ਨਾਲ ਦਾ ਜਿਹੜਾ ਉਹਦੇ ਕੋਲ ਗਾਹ ਸੀਗਾ ਅਤੇ ਦੂਜੇ ਦਾ ਮੈਂ ਅਸਲਾ ਨਹੀਂ ਵੇਖਿਆ। ਜਿਹੜੇ ਦੂਜੇ ਦੋ ਆ ਨਾ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਵੇਖ ਸਕਿਆ ਕਿਉਂਕਿ ਮੈਂ ਬਾਹਲੇ ਨੀਵੇਂ ਥਾਂ ਉੱਤਰ ਗਿਆ। ਦੋ ਮੋਟਰਸਾਈਕਲਾਂ ਤੇ ਚਾਰ ਜਾਣੇ ਹਨ, ਦੋ ਇੱਕ ਤੇ ਦੋ, ਹਾਂ ਦੋ ਇੱਕ ਤੇ ਦੋ। ਤੇ ਸਰ ਅੰਮ੍ਰਿਤ ਪੱਗ ਬੰਨੀ ਸੀਗੀ, ਮੋਨੇ ਸੀਗੇ, ਨਹੀਂ ਮੋਨੇ ਸੀ, ਚਾਰੇ ਜਾਣੇ ਮੋਨੇ ਸੀਗੇ, ਮੂੰਹ ਢੱਕਿਆ ਹੋਇਆ ਸੀਗਾ, ਦੋ ਦੋ ਜਾਣੇ ਸੀ ਮੋਟਰਸਾਈਕਲ। ਕੋਈ ਪਛਾਣ, ਕੋਈ ਥੋੜ੍ਹੀ ਬਹੁਤ ਤਕਰੀਬਨ ਜਿਹੜਾ ਬੰਦਾ ਮੇਰੇ ਨਾਲ ਭੁਲਿਆ ਹੈਗਾ, ਜੇ ਸਾਹਮਣੇ ਹੋਵੇ ਤਾਂ ਮੈਂ ਉਹਨੂੰ ਵੀ ਤਕਰੀਬਨ ਸਿਆਣ ਸਕਦਾ। ਕਿੰਨੀ ਉਮਰ ਦੇ ਹੋਊਗੀ? ਉਹ ਹੋਊਗਾ ਤਕਰੀਬਨ 35 ਸਾਲ ਦਾ। ਬਾਕੀ ਸਾਰਿਆਂ ਦੀ ਉਮਰ ਕਿੰਨੀ ਸੀ? ਜਿਹੜਾ ਮੁੰਡਾ ਦੂਸਰਾ ਸੀਗਾ ਮੋਟਰਸਾਈਕਲ ਚਲਾਉਂਦਾ, ਉਹਦੇ ਤਾਂ ਉਮਰ ਮੇਰੇ ਹਿਸਾਬ ਨਾਲ 18 ਕੁ ਸਾਲ ਹੋਊਗੀ, ਮਸਾਂ 17-18 ਸਾਲ ਹੋਊਗੀ। ਪੁਲਿਸ ਨੂੰ ਰੋਕ ਕੇ, ਪੁਲਿਸ ਦਾ ਮੌਕੇ 'ਤੇ ਡਿਪਟੀ ਸਾਹਿਬ ਆ ਗਏ, ਸਾਰੇ ਅਧਿਕਾਰੀ ਉਹਦੀਆਂ ਤਕਰੀਬਨ ਪਹੁੰਚ ਗਏ ਅਤੇ ਉਹਨਾਂ ਨੇ ਆਪਦੀ ਜਾਣੀ ਜਿੰਨੀ ਭੱਜ ਨੱਠ ਵਿਚਾਰਿਆਂ ਨੇ ਹੋ ਸਕਦੀ ਕੀਤੀ ਆ ਅਤੇ ਕਰ ਰਹੇ ਆ। ਸਰ ਜਦੋਂ ਵੈਸਟਰਨ ਯੂਨੀਅਨ ਦੇ ਪੈਸੇ ਲੈ ਕੇ ਨਿਕਲੇ, CCTV 'ਚ ਕੁਝ ਸਾਹਮਣੇ ਆਇਆ ਕਿ ਤੁਹਾਡੇ ਪਿੱਛੇ ਪਹਿਲਾਂ ਲੱਗੇ ਹੋਣ? ਨਹੀਂ, CCTV ਦੇ ਵਿੱਚ ਉੱਥੇ ਕੋਈ ਨਹੀਂ ਬੰਦਾ ਦਿਸ ਰਿਹਾ ਕਿਉਂਕਿ ਗੱਡੀ ਮੇਰੀ ਸੜਕ ਦੇ ਉੱਤੇ ਖੜੀ ਹੈ। ਮੈਂ ਆ ਗਿਆ ਗੱਡੀ ਦੇ ਵਿੱਚ ਬਹਿਨਾ, ਮੈਂ ਕਿਹਾ ਮੈਂ ਗੱਡੀ ਤੋਰ ਲੈਂਦਾ। ਉਹ ਦੁਕਾਨ ਵਾਲੇ ਵੀ ਇਹ ਕੈਮਰੇ ਚੈੱਕ ਕੀਤੇ ਆ, ਉੱਥੋਂ ਮੋਟਰਸਾਈਕਲ ਨਹੀਂ, ਉਹ ਸਿਰਫ ਕੱਸੀ ਜਦੋਂ ਲੰਘਦੇ ਆ ਆਪਾਂ, ਨਹਿਰ ਲੰਘਦੇ ਹਾਂ, ਉਦੋਂ ਹੀ ਮੋਟਰਸਾਈਕਲ ਮੈਨੂੰ ਕ੍ਰੋਸ ਕਰਦਾ। ਸਰ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹੋਇਆ? ਨਹੀਂ, ਮੋਟਰਸਾਈਕਲ ਦਾ ਨੰਬਰ ਨਹੀਂ ਸੀਗਾ। ਮੋਟਰਸਾਈਕਲ ਦਾ ਨੰਬਰ ਹੈ ਹੀ ਨਹੀਂ ਸੀਗਾ, ਨਹੀਂ ਦੂਜੇ ਦਾ ਤਾਂ ਮੈਂ ਜਹਾਲ ਨਾਲ ਦੇਖ ਹੀ ਨਹੀਂ ਸਕਿਆ ਕਿਉਂਕਿ ਮੈਂ ਨੀਵੀਂ ਥਾਂ 'ਤੇ, ਥਾਂ ਹੀ ਬਹੁਤ ਜ਼ਿਆਦਾ ਨੀਵੀਂ ਹੈ। ਸਰ ਤੁਹਾਨੂੰ ਨਹੀਂ ਲੱਗਦਾ ਵੀ ਜਨਮਾਂ ਦਿਨ ਇੰਨੀਆਂ ਕੁ ਵਾਰਦਾਤਾਂ ਹੋ ਰਹੀਆਂ, ਚੌਥੀ ਵਾਰਦਾਤ ਆ? ਗਲਤ ਹੈ, ਬਹੁਤ ਜ਼ਿਆਦਾ ਹੈਗੀ ਆ, ਕਾਨੂੰਨ ਵਿਵਸਥਾ ਦੇ ਸਵਾਲ ਉੱਠਦੇ ਆ, ਬਹੁਤ ਜ਼ਿਆਦਾ ਸੁੱਤੀ ਇਸ ਤਰ੍ਹਾਂ ਦੀ ਕਹਾਣੀ ਜਾਂ ਇੱਦਾਂ ਹੋਣ ਲੱਗ ਗਿਆ ਤਾਂ ਬਹੁਤ ਜ਼ਿਆਦਾ ਹੈਗਾ ਕਿਉਂਕਿ ਏਡੀ ਗੱਡੀ ਨੂੰ ਰੋਕਣਾ ਅਕਸਰ ਕੋਈ ਤਾਂ ਕਰਦੇ ਆ। ਪੁਲਿਸ ਪ੍ਰਸ਼ਾਸਨ ਤੋਂ ਤੁਹਾਨੂੰ ਸਖਤੀ ਕੀਤੀ ਜਾਵੇ ਜਿੰਨੀ ਹੋ ਸਕਦੀ ਹੈ ਜੀ, ਕਾਰਵਾਈ ਕੀਤੀ ਜਾਵੇ, ਬੰਦੇ ਫੜੇ ਜਾਣ, ਟਰੇਸ ਹੋ ਜਾਣ, ਅੱਗੇ ਤੋਂ ਵਾਰਦਾਤ ਨਹੀਂ ਹੁੰਦੀ। ਉਧਰ ਦੂਸਰੇ ਪਾਸੇ ਘਟਨਾ ਦੀ ਜਾਂਚ ਕਰ ਰਹੇ ਅਫਸਰ ਨੇ ਦੱਸਿਆ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਖੋਸਾ ਰਣਧੀਰ ਵਿਖੇ ਸਰ ਜਿਹੜੀ ਲੁੱਟ ਖੋਹ ਸਰ ਉਹਦੇ ਬਾਰੇ ਸਰ ਜਾਣਕਾਰੀ ਦਿੰਦੇ? ਉਹਦੇ ਵਿੱਚ ਸਰ ਜਿਹੜਾ ਮਤਲਬ ਮੁਕੱਦਮਾ ਸਾਡਾ ਗੁਰਸੇਵਕ ਸਿੰਘ ਪੁੱਤਰ ਜੀ ਮੇਰੇ ਵਾਸੀ ਖੋਸਾ ਕੋਟਲਾ ਰਹਿਣ ਵਾਲਾ ਵਾ, ਉਹਦਾ ਬੇਟਾ ਨਵਦੀਪ ਸਿੰਘ ਜਿਹੜਾ ਕਨੇਡਾ ਵਿੱਚ ਜਾ ਰਿਹਾ ਸਟੱਡੀ ਵੀਜ਼ 'ਤੇ ਗਿਆ ਹੋਇਆ, ਉਹਨਾਂ ਨੇ ਨਵਦੀਪ ਸਿੰਘ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਣੇ ਸੀਗੇ। ਕੱਲ੍ਹ ਗਿਆ ਸੀ ਪਹਿਲਾਂ ਉਹ ਪੈਸੇ ਪਾਉਣ ਗੁਰਸੇਵਕ ਸਿੰਘ, ਪਰ ਲੇਟ ਹੋਣ ਕਾਰਨ ਉਹ ਪੈਸੇ ਨਹੀਂ ਵਸ ਗਿਆ ਅਤੇ ਕਾਗਜ਼ ਪੂਰੇ ਨਾ ਹੋਣ ਕਾਰਨ ਰਾਤ ਹੀ ਉਹਨੇ ਆਪਣੇ ਵਟਸਐਪ 'ਤੇ ਉਹਦੇ ਕਾਗਜ਼ ਤਾਂ ਆਪਦੇ ਬੇਟੇ ਪਾਸੋਂ ਮੰਗਾਏ ਕਨੇਡਾ ਤੋਂ। ਅੱਜ ਫਿਰ ਉਹ ਗਿਆ ਸੀ ਆਪਣੇ ਉਹਦੇ ਬੇਟੇ ਦੇ ਅਕਾਊਂਟ ਵਿੱਚ ਪੈਸੇ ਪਾਉਣ ਲਈ, ਪਰ ਉੱਥੇ ਜਿਹੜਾ ਵੈਸਟਰਨ ਯੂਨੀਅਨ ਨੇ ਦੱਸਿਆ ਵੀ ਜਿਹੜੇ ਇਹ ਪੈਸੇ ਆ ਇਹ RDX ਰਾਹੀਂ ਬੈਂਕ 'ਚੋਂ ਪਾਏ ਜਾਣ, ਜਿਸ 'ਤੇ ਉਹ ਜਿਹੜਾ ਬੈਂਕ 'ਚੋਂ ਮੁੜ ਆਇਆ ਵਾਪਸ, ਬੈਂਕ 'ਚੋਂ ਮੁੜਦੇ ਵਾਪਸ ਉਹਨੇ ਖੋਸਾ ਰਣਧੀਰ ਵਿਖੇ PNB ਬੈਂਕ ਵਿੱਚ ਜਿਹੜੇ RDX ਰਾਹੀਂ ਪੈਸੇ ਆਪਦੇ ਬੇਟੇ ਦੇ ਅਕਾਊਂਟ ਵਿੱਚ ਪਾਉਣੇ ਸੀਗੇ, ਪਰ ਖੋਸਾ ਰਣੀ 'ਤੇ ਪਹੁੰਚਣ ਤੋਂ ਪਹਿਲਾਂ ਹੀ ਭੱਠਾ ਪੰਪ ਦੇ ਪਿੱਛੇ ਜਿਹੜਾ ਵਾ ਥੱਲੇ ਕੋਈ ਲੰਘ ਕੇ ਉੱਥੇ ਕੋਈ ਨਾਮ ਨੂੰ ਵਿਅਕਤੀ ਨੇ ਪਹਿਲਾਂ ਇੱਕ ਮੋਟਰਸਾਈਕਲ 'ਤੇ ਦੋ ਜਵਾਨ ਮੋਟਰਸਾਈਕਲ 'ਤੇ ਸਵਾਰ ਸੀ, ਮੂੰਹ ਬੰਨੇ ਹੋਏ ਸੀਗੇ, ਉਹਨਾਂ ਦੇ ਅੱਗੇ ਮੋਟਰਸਾਈਕਲ ਗੱਡੀ ਰੋਕ ਲਈ।
फिर एक जरा पर्सन उन्होंने हथ पाई हो पाया उत्तों बाद ही जरा एक मोटरसाइकिल होर आ गई मगर दो मुंडे नौजवान होर बैठे थे जिन्होंने मूँह बन्ने हुए थे जिन्होंने आके गड्डी की ड्राइवर साहब उल्ट साइड बारी क्लीनर साइड बारी खोली तो डैशबोर्ड जो पैसे गए 1,90,000 करीब रुपया से चा के चोरी करके तो मौके पर फरार हो गए। सर किन्ने बजे का वाकया जी? ये करीब जी 11 बजे तो लैके 11:15 बजे तक। तुहानू इनफॉर्मेशन कदों मिली जी? सानू जी 11 बजे कोई 2-4-5 मिनट मिली। की कार्रवाई सर हो रही अगे हुण? कार्रवाई जी असी पहला मदई मुकदमा के नाल जरा असी सारे जो घूमते रहे हैं मदई मुकदमा अपने तौर पर भी जरा आपकी मतलब तलाश करता रहा हूँ वो नाम व्यक्ति खिलाफ मुकदमा दर्ज करके अगली प्रदेशों में ली गई है तो दोषियों जरा जल्दी ट्रेस करके जरा उन्होंने गिरफ्तार। सर कि धारा लाई है उन्होंने जी धारा लाई है जी अपनी 387 लाई जी। ਕਿੰਨੇ ਪਰਚਾ ਦਰਜ ਕੀਤਾ? ਕਿੰਨੇ ਬੰਦੇ ਜੀ? 4 ਬੰਦੇ ਸੀ, 2 ਮੋਟਰਸਾਈਕਲ ਸੀ ਕਾਲੇ ਰੰਗ ਦੇ। ਉਹ ਸਪਸ਼ਟ ਨਹੀਂ ਕਰ ਸਕਿਆ ਮਦਈ ਮੁਕਦਮਾ ਵੀ ਪਲਸਰ ਮੋਟਰਸਾਈਕਲ ਆ ਡਿਸਕਵਰ ਆ ਕਿਹੜੇ ਆ, ਪਰ ਹੈ ਕਾਲੇ ਰੰਗ ਦੇ ਸੀਗੇ 4 ਪਰਸਨ ਸੀ, 2-2 ਮੋਟਰਸਾਈਕਲ ਦੇ। ਇਹ ਮਦਈ ਕਿਸ ਵਹੀਕਲ ਦੇ ਸੀ? ਮਦਈ ਆ ਸਵਾਰੀ ਗੱਡੀ ਦੇ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।